ਮਾਂ ਦੀ ਜ਼ਿੰਦਗੀ ਲੈਣ ਵਾਲਾ ਤੇ ਮੇਰੀ ਭੈਣ ਦੀ ਜੰਝ ਤੇ ਬਾਰੂਦ ਦੀ ਬਰਸ਼ ਗਿਰਨ ਵਾਲਾ ਇੱਕ ਸ਼ੈਤਾਨ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਰਖਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਨ ਇੰਟਰਟੇਨਮੈਂਟ ਪਲੱਸ। ਸੁਲਤਾਨ ਰਾਏ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਇਸ ਫਿਲਮ ਤੇ ਮੈਂ ਪਹਿਲੇ ਪ੍ਰੋਗਰਾਮ ਕਰ ਚੁੱਕਿਆ, ਲੇਕਿਨ ਪੂਰੀ ਫਿਲਮ ਤੇ ਪ੍ਰੋਗਰਾਮ ਨਹੀਂ ਮੈਂ ਕੀਤਾ, ਮੁਖਤਸਰ ਜਿਹਾ ਪ੍ਰੋਗਰਾਮ ਕੀਤਾ ਸੀ। ਲਿਹਾਜ਼ਾ ਫਿਲਮ ਜ਼ਬਰਦਸਤ ਉੱਤੇ ਪੂਰਾ ਇੱਕ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਇਹ ਫਿਲਮ ਯੂਟਿਊਬ ਤੇ ਮੌਜੂਦ ਨਹੀਂ ਹੈ। ਅਗਰ ਤੁਸੀਂ ਇਹ ਪੂਰੀ ਫਿਲਮ ਵੇਖਣਾ ਚਾਹੁੰਦੇ ਹੋ, ਇਸ ਵੀਡੀਓ ਦੇ ਦਰਮਿਆਨ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਥੇ ਜਾ ਕੇ ਤੁਸੀਂ ਇਹ ਪੂਰੀ ਫਿਲਮ ਵੇਖ ਸਕਦੇ ਹੋ। ਇਹ ਫਿਲਮ 7 ਮਈ 1999 ਬਰੋਦ ਇਤਵਾਰ ਈਦ ਉਲ ਫਿਤਰ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਹੈ। ਇਸ ਫਿਲਮ ਦਾ ਮੌਜੂ ਵੀ ਲੜਾਈ, ਮਾਰ ਕੁਟਾਈ, ਐਕਸ਼ਨ, ਕਤਲੋ ਗਾਰਤ ਏ ਔਰ ਉਹਨਾਂ ਲੋਕਾਂ ਵਾਸਤੇ ਤੋਹਫਾ ਹੈ ਜਿਹੜੇ ਸੁਲਤਾਨ ਰਾਏ ਦੀਆਂ ਐਕਸ਼ਨ ਅਤੇ ਲੜਾਈ ਮਾਰ ਕੁਟਾਈ ਦੀ ਭਰਪੂਰ ਫਿਲਮਾਂ ਦੇਖਣਾ ਚਾਹੁੰਦੇ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਏ, ਅੰਜਮਨ, ਗੁਲਾਮ ਮੁਹੀਉਦੀਨ, ਨਾਦਰਾ, ਬਹਾਰ, ਜ਼ਾਹਿਰ ਸ਼ਾਹ, ਅਦੀਬ, ਹਮਾਇਓ ਕੁਰੈਸ਼ੀ, ਨਿਦਾ ਮੁਮਤਾਜ਼, ਨਸਰੁੱਲਾ ਭੱਟ ਅਤੇ ਆਗਾ ਤਾਲਿਸ਼। ਨਸਰੁੱਲਾ ਭੱਟ ਅਤੇ ਆਗਾ ਤਾਲਿਸ਼। ਹਦਾਇਤ ਹੈਦਰ ਚੌਧਰੀ, ਮੁਸੰਨਿਫ ਬਸ਼ੀਰ ਨਿਆਜ਼, ਮਿਊਜ਼ਿਕ ਐਮ ਅਸ਼ਰਫ ਅਤੇ ਇਸੇ ਫਿਲਮ ਸਾਜ਼ਨ ਸ਼ਾਨੇ ਮੁਸਤਫਾ। ਇਸ ਫਿਲਮ ਦੇ ਅੰਦਰ ਸੁਲਤਾਨ ਰਾਏ ਨੇ ਦਿਲਾਵਰ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਕਿ ਇੱਕ ਮੁਜਰਮਾਂ ਦਾ ਅਲਾਕਾਰ ਹੁੰਦਾ ਹੈ ਔਰ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਦਾ ਹੈ। ਸੁਲਤਾਨ ਰਾਏ ਨੇ ਅੱਛਾ ਇਸ ਫਿਲਮ ਵਿੱਚ ਕੰਮ ਕੀਤਾ ਹੈ। ਆਸਫ ਦਾ ਕਿਰਦਾਰ ਕੀਤਾ ਗੁਲਾਮ ਮੁਹੀਉਦੀਨ ਨੇ ਔਰ ਸ਼ਬਾਨਾ ਦਾ ਕਿਰਦਾਰ ਅਦਾ ਕੀਤਾ ਹੈ ਇਸ ਫਿਲਮ ਦੇ ਅੰਦਰ ਨਾਦਰਾ ਨੇ ਔਰ ਅੰਜਮਨ ਨੇ ਹਸਬੇ ਮਾਮੂਲ ਇਸ ਫਿਲਮ ਦੇ ਅੰਦਰ ਚੰਦਾ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਤਵਾਇਫ ਹੁੰਦੀ ਹੈ। ਆਸਫ ਔਰ ਸ਼ਬਾਨਾ, ਆਸਫ ਗੁਲਾਮ ਮੁਹੀਉਦੀਨ ਔਰ ਸ਼ਬਾਨਾ ਬਚਪਨ ਤੋਂ ਮੰਗੇਤਰ ਹੁੰਦੇ ਨੇ ਔਰ ਸ਼ਬਾਨਾ ਦੇ ਵਾਲਿਦ ਦਾ ਕਿਰਦਾਰ ਆਗਾ ਤਾਲਿਸ਼ ਨੇ ਅਦਾ ਕੀਤਾ, ਜਿਹਦਾ ਨਾਮ ਸੇਠ ਹਾਸ਼ਿਮ ਹੁੰਦਾ ਹੈ। ਸੁਲਤਾਨ ਰਾਏ ਚੂੰਕਿ ਇੱਕ ਮੁਜਰਮਾਂ ਦਾ ਅਲਾਕਾਰ ਹੁੰਦਾ ਹੈ ਔਰ ਇੱਕ ਮੁਜਰਮ ਗੇਂਗ ਜਿਸਦੇ ਸਰਬਰਾਹ ਜਾਂ ਜਿਸਦੇ ਰੁਕਨ ਹਮਾਇਓ ਕੁਰੈਸ਼ੀ, ਅਦੀਬ, ਜ਼ਾਹਿਰ ਸ਼ਾਹ, ਜਮੀਲ ਬਾਬਰ ਵਗੈਰਾ ਹੁੰਦੇ ਨੇ, ਉਹ ਸੁਲਤਾਨ ਰਾਏ ਕੋਲੋਂ ਗੈਰ ਕਾਨੂੰਨੀ ਕੰਮ ਕਰਵਾਉਂਦੇ ਨੇ। ਚੰਦਾ ਦੀ ਮੁਲਾਕਾਤ ਦਿਲਾਵਰ ਨਾਲ ਹੋ ਜਾਂਦੀ ਹੈ। ਦਿਲਾਵਰ ਤੇ ਚੰਦਾ ਚ ਆਪਸੀ ਪਿਆਰ ਹੋ ਜਾਂਦਾ ਹੈ। ਇਧਰੋਂ ਸੇਠ ਹਮਾਇਓ ਕੁਰੈਸ਼ੀ ਵੀ ਚੰਦਾ ਨੂੰ ਪਸੰਦ ਕਰਦਾ ਹੈ ਔਰ ਜਦੋਂ ਉਸਨੂੰ ਪਤਾ ਚੱਲਦਾ ਹੈ ਕਿ ਚੰਦਾ ਦਿਲਾਵਰ ਨੂੰ ਪਸੰਦ ਕਰਦੀ, ਉਹ ਹਿਰਵਨ ਦੇ ਕੇਸ ਵਿੱਚ ਦਿਲਾਵਰ ਨੂੰ ਜੇਲ੍ਹ ਕਰਵਾ ਦਿੰਦਾ ਹੈ ਔਰ ਚੰਦਾ ਉਸਦੀ ਜ਼ਮਾਨਤ ਕਰਾਉਂਦੀ ਹੈ। ਇੱਧਰ ਇੱਕ ਮੁਜਰਮ ਦਾ ਪੁਲਿਸ ਪਿੱਛਾ ਕਰਦੀ ਹੈ, ਉਸ ਮੁਜਰਮ ਦੇ ਕੋਲ ਹੀਰੇ ਹੁੰਦੇ ਨੇ, ਉਹ ਹੀਰੇ ਸੇਠ ਹਾਸ਼ਿਮ ਦੀ ਗੱਡੀ ਵੀ ਸੁੱਟ ਦਿੰਦਾ ਹੈ। ਸੇਠ ਹਾਸ਼ਿਮ ਉਹ ਹੀਰੇ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ। ਜਦੋਂ ਹਮਾਇਓ ਸੇਠ ਨੂੰ ਪਤਾ ਚੱਲਦਾ ਹੈ ਕਿ ਹਾਸ਼ਿਮ ਨੇ ਉਹ ਹੀਰੇ ਪੁਲਿਸ ਦੇ ਹਵਾਲੇ ਕਰ ਦਿੱਤੇ ਨੇ, ਉਹ ਆ ਕੇ ਸੇਠ ਹਾਸ਼ਿਮ ਨੂੰ ਕਤਲ ਕਰ ਦਿੰਦਾ ਹੈ ਔਰ ਉਹਦੀ ਧੀ ਨਾਦਰਾ ਸ਼ਬਾਨਾ ਨੂੰ ਜ਼ਖਮੀ ਕਰ ਦਿੰਦਾ ਹੈ। ਪੁਲਿਸ ਮੁਜਰਮਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ, ਆਸਫ ਮੁਜਰਮਾਂ ਨੂੰ ਗ੍ਰਿਫਤਾਰ ਕਰ ਲੈਂਦਾ ਹੈ, ਲੇਕਿਨ ਮੁਜਰਮ ਕੁਛ ਐਸੇ ਸਬੂਤ ਲੈ ਕੇ ਆ ਜਾਂਦੇ ਨੇ ਕਿ ਜਿਸ ਦਿਨ ਸੇਠ ਹਾਸ਼ਿਮ ਕਤਲ ਹੋਇਆ ਉਹ ਸ਼ਹਿਰ ਦੇ ਵਿੱਚ ਮੌਜੂਦ ਨਹੀਂ ਸਨ। ਲਿਹਾਜ਼ਾ ਆਸਫ ਨੂੰ, ਡਿਪਟੀ ਆਸਫ ਨੂੰ ਉਹਨਾਂ ਨੂੰ ਛੋੜਨਾ ਪੈ ਜਾਂਦਾ ਹੈ। ਸ਼ਬਾਨਾ ਨੂੰ ਜਦੋਂ ਪਤਾ ਚੱਲਦਾ ਕਿ ਅਸਲ ਮੁਜਰਿਮ ਉਹ ਪੁਲਿਸ ਦੀ ਗ੍ਰਿਫਤ ਤੋਂ ਬਚ ਗਏ ਨੇ, ਸ਼ਬਾਨਾ ਚੂੰਕਿ ਕਰਾਟੇ ਪਲੇਅਰ ਹੁੰਦੀ ਹੈ, ਇਸ ਵਾਸਤੇ ਉਹ ਖੁਦ ਕਤਲ ਦਾ ਬਦਲਾ ਲੈਣ ਵਾਸਤੇ ਔਰ ਇੱਕ ਇੱਕ ਕਰਕੇ ਸਾਰੇ ਕਾਤਲਾਂ ਨੂੰ ਕਤਲ ਕਰ ਦਿੰਦੀ ਹੈ। ਦਿਲਾਵਰ ਦੀ ਮਾਂ ਅਤੇ ਭੈਣ ਨੂੰ ਐਨ ਸ਼ਾਦੀ ਵਾਲੇ ਦਿਨ ਕਤਲ ਕਰ ਦਿੱਤਾ ਜਾਂਦਾ ਹੈ ਔਰ ਦਿਲਾਵਰ ਇਸ ਦੀ ਵਜ੍ਹਾ ਤੋਂ ਦਿਲਾਵਰ ਕਾਤਲਾਂ ਦੇ ਪਿੱਛੇ ਪੈ ਜਾਂਦਾ ਹੈ ਔਰ ਸਾਰੇ ਮੁਜਰਮ ਟੋਲੇ ਨੂੰ ਕਤਲ ਕਰ ਦਿੰਦਾ। ਜਿਹੜੇ ਸੁਲਤਾਨ ਰਾਏ ਦੇ ਚਾਹਣ ਵਾਲੇ ਨੇ ਉਹਨਾਂ ਵਾਸਤੇ ਬੜੀ ਹੀ ਜ਼ਬਰਦਸਤ ਫਿਲਮ ਹੈ। ਮੈਂ ਤੁਹਾਨੂੰ ਦੱਸਦਾ ਕਿ ਇਹ ਫਿਲਮ ਅਗਰ ਤੁਸੀਂ ਪੂਰੀ ਵੇਖਣਾ ਚਾਹੁੰਦੇ ਹੋ
ਇਹ ਫਿਲਮ ਤੁਹਾਨੂੰ ਡੇਲੀ ਮੋਸ਼ਨ 'ਤੇ ਮਿਲ ਜਾਏਗੀ। ਗੂਗਲ 'ਤੇ ਜਾ ਕੇ ਸਰਚ ਕਰਨਾ ਡੇਲੀ ਮੋਸ਼ਨ, ਔਰ ਡੇਲੀ ਮੋਸ਼ਨ ਨੂੰ ਡਾਊਨਲੋਡ ਕਰਕੇ ਤੁਸੀਂ ਇਹ ਪੂਰੀ ਫਿਲਮ ਵੇਖ ਸਕਦੇ ਹੋ। ਇਹ ਫਿਲਮ 3 ਹਿੱਸਿਆਂ ਦੇ ਵਿੱਚ ਡੇਲੀ ਮੋਸ਼ਨ 'ਤੇ ਮਿਲ ਜਾਏਗੀ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੈ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਕਮੈਂਟਸ ਕਰ ਦਿੱਤਾ ਕਰੋ, ਤਾਂ ਕਿ ਮੇਰੀ ਹੌਸਲਾ ਅਫਜ਼ਾਈ ਹੋ ਸਕੇ। ਨੈਕਸਟ ਵੀਡੀਓ ਤੱਕ ਰੱਬ ਰਾਖਾ।